साहिब जियो तेरे कवन कवन गुण कह कह गावा तू साहिब गुणी निदाना तुमरी महिमा वर्ण न सकू ठाकुर उच्च पग वरना तुमरी महिमा वरना सकूं तू ठाकुर उच्च पग वरना मैं तान दीवान तू है मेरा स्वामी मैं तुझे आगे अरदास मैं होर थाओ नहीं जिस पै करूं बिनती मेरा दुख सुख तुझ ही पास। परम सत्कार योग चवर शतर तख्त दे मालिक साहिब श्री गुरु ग्रंथ साहिब जी महाराज जिया दी पावन पवित्र हजूरी अंदर जुड़ बैठी खालसा साध सिंह जी आओ रसना नूं करिए पवित्र सारे कज के कह दिओ जी वाहे गुरु जी का खालसा वाहे गुरु जी की फतह। गुरख प्यारियो सतगुरु जी की दया सतगुरां जी की कृपा मेर सदका सतगुरा जी ने अपनी उस्तत करन दा सुनन दा अपनी गोद विच बिठाण दा यह बल उदम बख्शिया कुटान कुटान शुकराना साहिबां दा जिन्हां ने दया कीती है। ते गुरुख प्यारियो सब तो वड्डी दया सतगुरां दी कि जदों आपां मालक दे गुण गाने हाँ उस वाहिगुरु जी का नाम सिमरन करने क्योंकि पातशाह कहिंदे ना सतगुरु जी सानूं समझाणा करदे ना हर जियो कृपा करे तां नाम ध्याइए वाहिगुरु जी कृपा करे दया करे साडे उपर साडे जीवां उपर भुले भटकिया फिर ही अपां उस मालिक की कीर्ति उस मालिक के गुण गा सकते हैं ते कृपा भी करता पिया साडे उपर कृपा की कोई कमी नहीं है बस आपां खुद अवेसले हो जाने हाँ आपां खुद जो है अवेसले हो जाने हाँ उदम नहीं करते। तो साहिब सानू श्री गुरु ग्रंथ साहिब जी महाराज जी की बाणी सन बार बार समझाना करती है कि भलिया उदम करके उस परमात्मा की वाहिगुरु जी नूं चेते कर क्योंकि जीवन जड़ा तेरा है एवें ही बतीत होई जा रहा है जिमें कि सतगुर सानू बाणी समझाना करते है ना कि रात नूं तू सो के गुजार दित्ती ते दिन जड़ा तू खा पी के गुजार दिता ते हीरे वरगा जन्म सी तू कोटियां दे भा बेच दिता ये सतगुरां दे वचन है।
ਆਪਾਂ ਬਚਨਾਂ ਨੂੰ ਸਮਝਣਾ ਹੈ, ਸਤਿਗੁਰ ਜੀ ਦੀ ਬਾਣੀ ਆਪਾਂ ਆਪਣੇ ਹਿਰਦੇ ਵਿੱਚ ਵਸਾਉਣੀ ਹੈ ਕਿ ਸਤਿਗੁਰ ਸਾਨੂੰ ਸਮਝਾਉਣਾ ਕੀ ਚਾਹੁੰਦੇ ਹਨ। ਕਿਉਂਕਿ ਗੁਰੂਖ ਪਿਆਰਿਓ, ਸਾਹਿਬਾਂ ਦੀ ਬਾਣੀ ਸਾਨੂੰ ਉੱਥੇ ਲੈ ਜਾਂਦੀ ਹੈ ਦਰਗੇ ਵਿੱਚ, ਜੇ ਆਪਾਂ ਮੰਨ ਕੇ ਚੱਲ ਪਈਏ ਤਾਂ, ਰਾਹੇ ਪੈ ਜਾਈਏ ਤੇ। ਲੇਕਿਨ ਇਨਸਾਨ ਦੁਨੀਆਂ ਵਿੱਚ ਆ ਕੇ ਇਸ ਲਿਵ ਦੇ ਰਸਤੇ ਨੂੰ ਛੱਡ ਕੇ ਧਾਤ ਦੇ ਰਸਤੇ ਵਿੱਚ ਪੈ ਜਾਂਦਾ ਹੈ। ਜੋ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਹਨ, ਲਿਵ ਧਾਤ ਦੋਏ ਰਾਹ ਹੁਕਮੀ ਕਾਰ ਕਿ ਦੋ ਰਸਤੇ ਹੈ, ਇੱਕ ਲਿਵ ਦਾ ਇੱਕ ਧਾਤ। ਲੇਕਿਨ ਜੀਵ ਜੋ ਹੈ ਇਸ ਲਿਵ ਦੇ ਰਸਤੇ ਨੂੰ ਛੱਡ ਕੇ ਸੰਸਾਰ ਦੇ ਜਿਹੜੇ ਰਸਤੇ ਨੂੰ ਅਪਣਾ ਲੈਂਦਾ ਹੈ ਅਤੇ ਫਿਰ ਚੋਟਾ ਖਾਂਦਾ ਹੈ, ਆਪਣਾ ਜੀਵਨ ਹਾਰ ਕੇ ਚਲੇ ਜਾਂਦਾ। ਜੋ ਪਾਤਸ਼ਾਹ ਕਹਿੰਦੇ ਹੈ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ, ਕਿ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਪ੍ਰੇਮ ਨੂੰ ਜਾਣਿਆ ਨਹੀਂ, ਇੱਕ ਗਵਾਰ ਦੀ ਤਰ੍ਹਾਂ, ਅਨਪੜ੍ਹ ਦੀ ਤਰ੍ਹਾਂ ਆਪਣਾ ਜੀਵਨ ਜਿਹੜਾ ਹੈ ਜੀਵ ਬਤੀਤ ਕਰਕੇ ਚਲੇ ਜਾਂਦਾ ਹੈ। ਅਤੇ ਅੱਜ ਦੇ ਸ਼ਬਦ ਵਿੱਚ ਸਤਿਗੁਰ ਸਾਨੂੰ ਗਿਆਨ ਬਖਸ਼ਿਸ਼ ਕਰਦੇ ਪਏ ਸਨ, ਜੋ ਸਤਿਗੁਰਾਂ ਜੀ ਨੇ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਅਤੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਕਿ ਗੁਰੂ ਦੀ ਸੇਵਾ ਕਰਕੇ, ਗੁਰੂ ਦੀ ਸੇਵਾ ਕਰਕੇ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਸੇਵਾ ਕਰਕੇ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ। ਗੁਰੂ ਪਿਆਰੇ, ਦੁੱਖ ਤਾਂ ਹੀ ਨਾਸ਼ ਹੋਣੇ ਹੈ ਜਦੋਂ ਗੁਰੂ ਦੇ ਹੁਕਮ ਨੂੰ ਆਪਾਂ ਸੱਤ ਸੱਤ ਕਰਕੇ ਮੰਨਾਂਗੇ। ਹੁਣ ਗੁਰੂ ਕੌਣ ਹੈ ਸਾਡਾ? ਸਾਡਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਲੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਲਗਾ ਕੇ ਗਏ ਹਨ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਹੁਕਮ ਦਿੱਤਾ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਗੁਰੂ ਨੇ ਤੁਸੀਂ ਗ੍ਰੰਥ ਨੂੰ ਹੀ ਗੁਰੂ ਮੰਨਣਾ ਹੈ। ਅਤੇ ਗੁਰੂ ਕੇ ਪਿਆਰਿਓ, ਜਦੋਂ ਆਪਾਂ ਫਿਰ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ ਫਿਰ ਆਪਾਂ ਦੁੱਖ ਪਾਉਂਦੇ ਹਾਂ। ਅਤੇ ਜੇ ਗੁਰੂ ਦੇ ਹੁਕਮ ਨੂੰ ਮੰਨ ਲਈਏ ਤਾਂ ਫਿਰ ਗੁਰੂ ਪਿਆਰਿਓ, ਫਿਰ ਦੁੱਖ ਵਿੱਚ ਵੀ ਆਪਾਂ ਸੁੱਖ ਮਨਾਵਾਂਗੇ, ਫਿਰ ਦੁੱਖ ਵਿੱਚ ਹੀ ਸੁੱਖ ਮਨਾਵਾਂਗੇ, ਕਿਉਂਕਿ ਉਹਦੇ ਭਾਣੇ ਵਿੱਚ ਆ ਜਾਂਗੇ ਆਪਾਂ। ਪਾਤਸ਼ਾਹ ਕਹਿੰਦੇ ਨਾ ਸਾਨੂੰ ਬਾਣੀ ਵਿੱਚ, ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ। ਉਹ ਸਿੱਖ, ਉਹ ਸਖਾ, ਸਖਾ ਕਹਿੰਦੇ ਆ ਮਿੱਤਰ ਨੂੰ, ਪੁਰਾਣੇ ਸਮੇਂ ਸਖਾ ਕਹਿੰਦੇ ਸੀ, ਸਖੀ ਜਿੱਦਾਂ ਆਪਾਂ ਕਹਿੰਦੇ ਹਾਂ, ਭੈਣਾਂ ਕਹਿੰਦੀਆਂ ਸਖੀ, ਸਹੇਲੀ, ਸਖਾ ਹੋ ਗਿਆ ਦੋਸਤ ਮਿੱਤਰ। ਸਤਿਗੁਰੂ ਕਹਿੰਦੇ ਸੋ ਸਿੱਖ, ਉਹ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ, ਜਿਹੜਾ ਗੁਰੂ ਦੇ ਭਾਣੇ ਵਿੱਚ, ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ ਬਿਸ਼ਕ ਚੋਟਾ ਖਾਣਾ, ਜਿਹੜਾ ਆਪਣੇ ਭਾਣੇ ਵਿੱਚ ਚਲੇਗਾ, ਆਪਣੇ ਹੁਕਮ ਵਿੱਚ ਚਲੇਗਾ, ਉਹਨੂੰ ਫਿਰ ਦੁੱਖ ਜਿਹੜਾ ਸਥਾਏਗਾ, ਉਹ ਪਰਮਾਤਮਾ ਕੋਲੋਂ ਵਿਛੜ ਜਾਏਗਾ। ਅਤੇ ਸਦੀਵੀ ਫਿਰ ਗੁਰੂ ਕੋਲੋਂ ਬੇਮੁਖ ਹੋ ਜਾਏਗਾ, ਉਹ ਜਿਹੜਾ ਆਪਣੇ ਭਾਣੇ ਚੱਲੇਗਾ। ਸਭ ਤੋਂ ਵੱਡੀ ਗੱਲ ਕੀ ਹੈ, ਉਹ ਬੇਮੁਖ ਹੋ ਜਾਏਗਾ, ਗੁਰੂ ਦੀ ਗੱਲ ਨੂੰ ਮੰਨੇਗਾ ਹੀ ਨਹੀਂ, ਜਿਹੜਾ ਆਪਣੇ ਭਾਣੇ ਵਿੱਚ ਚੱਲੇਗਾ, ਆਪਣੇ ਹੁਕਮ ਵਿੱਚ ਚੱਲੇਗਾ। ਕਿਉਂਕਿ ਸਿੱਖ ਦਾ ਇੱਕ ਹੁਕਮ, ਸਿੱਖ ਨੂੰ ਇੱਕ ਹੁਕਮ ਹੈ ਕਿ ਆਪਾਂ ਗੁਰੂ ਦੇ ਹੁਕਮ ਵਿੱਚ ਚੱਲਣਾ, ਸਭ ਤੋਂ ਵੱਡੀ ਗੱਲ ਹੈ। ਉਹ ਕੱਲ ਦਾ ਹੁਕਮਨਾਮਾ ਸੀ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਕਿ ਇੱਕ ਮਨ ਇੱਕ ਚਿੱਤ ਕਰਕੇ ਇਸ ਪ੍ਰਭੂ ਨੂੰ ਵਾਹਿਗੁਰੂ ਜੀ ਨੂੰ ਧਿਆ
सिमरन कर, भगती कर, बाणी पढ़, सेवा कर। ये सतगुरु जी का हुक्म सी, गुरु पातशाह का साहब श्री गुरु ग्रंथ साहब जी महाराज ने बख्शिश किया। जे आपां कमावांगे, गल पूरी है गुरु के प्यारे कमाण की, जे आपां कमावांगे हुक्म नूं, कमावांगे बाणी नूं, कमावांगे जो सानूं उपदेश दे रहे सतगुरु जी, फिर आपां चोटां नहीं खावांगे, फिर सानूं दुख नहीं आएगा। क्योंकि पातशाह कहिंदे ना, गुर की मत तू ले आने, भगत बिना बहुत डूबे सियाने। संसार दियां वड़ियाइयां, संसार दा सियाणापुन, जे कोई कह दे तू बड़ा सियाणा जी, तू बड़ा वड्डा, ये किते काम नहीं आनियां गुरु प्यारे। गुरु की मत ही काम आनी, जे गुरु की मत लैके आपां चलांगे यही काम आनी साढ़े, और कुछ नहीं काम आना। आपां संसार समुद्र विच डुब जावांगे, आपां इस संसार दे विच आए हाँ, जीवन नूं हार के चले जावांगे। जे आपां गुरु दी जड़ी, जो गुरु दे हुक्म विच नहीं चले, गुरु दी बाणी नाल, गुरु दे सिमर नाल, परमात्मा दे नाम नाल नहीं जुड़े, तो जदों आपां गुरुख प्यारे हो, गुरु तों बेमुख हो जावांगे, फिर आपां चोटा खावांगे। आओ सतगुरु जी सानू ज्ञान बख्शिश करते पे ना, उहदा भी ज्ञान लई आपां कि पातशाह की समझाणा करते। सतगुर कहिंदे पे ना, गुर सेवा ते सुख उपजे, फिर दुख ना लगे आए। गुरु की सेवा करके सतगुर कहिंदे सुख उपजदा, उपजदा मतलब कि उपना, उपजदा मतलब उपज पैदा हुंदा है, सुख पैदा होता है। हूँ देखो गुरु के प्यारे, गुरु पातशाह दे जो सिख सी समय विच, उस समय विच भावें उन्होंने चरखियां चढ़िया, भावें उन्होंने बंद बंद कटाया गया, भावें उन्होंने खोपड़ तारिया गया, लेकिन गुरु के प्यारे गुरु तू बेमुख नहीं हो, गुरु तू बेमुख नहीं हो। गुरु का भाणा गुरु की बाणी नूं सत सत करके मन्या, गुरु की प्यार। अज भी बड़े सिख है, अज भी बड़े चढ़ती कला वाले सिख है, मालक के हुक्म विच रहिंदे। हुण सानू की हुंदा, थोड़ा जिहा दुख आ जाए आपां पासा वट रहे, नहीं जी मैनू ये चीज़ नहीं मिली, नहीं मैं हुण गिला करना गुरु नाल, नहीं। जे सुख मिलिया, जे दुख मिलिया, दुख विच सुख मनाना है, दुख नूं मिठा करके मनना है। तो जे सुख मिल गया तो सुख विच हौमे विच नहीं फिरना कि मैनू जा सुख मिल गया, फिर भी उसके पाने विच रहना। एक सिख की ड्यूटी है, सिख नूं ये मन के चलना चाहिए कि दुख सुख दोए सम कर जाए, दुख ते सुख नूं दोए सम करके मनना है, बराबर करके मनना है। तो सतगुर सानू समझाना करते ना बाणी विच कि उन्हां दा ही सुनिया, उन्हां दा ही गाया प्रफुल्लित हुंदा है, जिहड़े मतलब के परमात्मा दी आग्या विच हुक्म विच चलदे। पातशाह कहदे ना बाणी विच, गाव्या सुनिया तिनका हर थाए पाए, जिन सत सत कर सतगुर की आग्या, जिन्होंने सत करके उस मालक दी वाहिगुरु जी की आग्या नूं मन्निया, उन्हां दा गाया उन्हां दा सुनिया जिहड़ा सफल हो जांदा है। ते आपां सारे गुरु घरां विच जीवन विच आए हाँ, अपना यात्रा अपना सफल करने वास्ते, जीवन सफल करने वास्ते, होर साडा कोई कर्म नहीं गुरु के प्यारे। इको एक मनोरथ है साडा कि साडी यात्रा सफली हो जाए, साडा ये जीवन सफल हो जाए, साडा जड़ा आया संसार ते सफल हो जाए। लेकिन हुंदा की है गुरु के प्यारे, अपना सारा दिन गुरु की आग्या सैड ते कर दें, सारा दिन भुजते रहने, अंदर ही अंदर सड़ते रहना,
ਇਹ ਤਾਂ ਕਰਕੇ ਸਾਨੂੰ ਦੁੱਖ ਲੱਗਦੇ ਆ। ਗੁਰਖ ਪਿਆਰਿਓ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦਾ ਆਪਾਂ ਇਤਿਹਾਸ ਸਾਰੇ ਜਾਣਦੇ ਹਾਂ ਨਾ, ਗੁਰੂ ਪਾਤਸ਼ਾਹ ਦੇ ਸਾਹਮਣੇ ਆ ਰਿਹਾ ਚੀਰਿਆ ਗਿਆ, ਲੇਕਿਨ ਫਿਰ ਵੀ ਗੁਰੂਖ ਪਿਆਰਿਓ ਇੱਕ ਵੀ ਡੋਲੇ ਨਹੀਂ ਮਸ ਕਿ ਗੁਰੂਕੁਲ ਬੇਖਮੁੱਖ ਹੋਏ। ਬੇਮੁੱਖ ਨਹੀਂ ਹੋਣਾ ਗੁਰੂ ਕੋਲ, ਗੁਰੂ ਦੀ ਬਾਣੀ ਨੂੰ ਸੱਤ ਸੱਤ ਕਰਕੇ ਮੰਨੋ, ਗੁਰੂ ਦੇ ਹੁਕਮ ਨੂੰ ਮੰਨੋ, ਦੁੱਖ ਵਿੱਚ ਵੀ ਸੁੱਖ ਮਨਾਓ, ਸੁੱਖ ਮਿਲ ਗਿਆ ਅਤੇ ਤਾਂ ਵੀ ਉਸਦਾ ਸ਼ੁਕਰਾਨਾ ਕਰੋ, ਵਾਹਿਗੁਰੂ ਜੀ ਸ਼ੁਕਰ ਹੈ ਤੇਰਾ, ਤੂੰ ਕਿਰਪਾ ਕੀਤੀ ਤਾਂ ਸੁੱਖ ਮਨਾ ਰਿਹਾ, ਤੂੰ ਦਇਆ ਕੀਤੀ ਮੇਰੇ ਉੱਪਰ, ਤੂੰ ਮਿਹਰ ਕੀਤੀ ਮੇਰੇ ਉੱਪਰ। ਅਤੇ ਪਾਤਸ਼ਾਹ ਕੀ ਸਮਝਾਉਣਾ ਕਰਦੇ ਨਾ, ਕਹਿੰਦੇ ਗੁਰ ਸੇਵਾ ਤੇ ਸੁੱਖ ਉਪਜੇ ਫਿਰ ਦੁੱਖ ਨਾ ਲੱਗੇ ਆਏ। ਫਿਰ ਸਤਿਗੁਰ ਕਹਿੰਦੇ ਫਿਰ ਦੁੱਖ ਨਹੀਂ ਲੱਗਦਾ ਗੁਰੂ ਦੀ ਸੇਵਾ ਕਰਕੇ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਬਾਣੀ ਪੜ੍ਹਨੀ, ਗੁਰੂ ਦੇ ਹੁਕਮ ਦੇ ਚੱਲਣਾ ਅਤੇ ਨਾਮ ਸਿਮਰਨ ਕਰਨਾ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਗੁਰੂ ਦੇ ਨਾਮ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ। ਹੁਣ ਆਪਾਂ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨ ਸਰਵਣ ਕਰਨੇ ਆ ਨਾ, ਸਾਰੇ ਬੜੇ ਪਿਆਰ ਕਰਦੇ ਯਾਰ ਗੁਰੂ ਰਾਮਦਾਸ ਪਾਤਸ਼ਾਹ ਜੀ, ਉਹਨਾਂ ਦੇ ਬਣਾ ਤੀਰਥ 'ਤੇ ਸਾਰੇ ਸਿੱਖ ਜਿਹੜੇ ਹੈ, ਭਾਵੇਂ ਕੋਈ ਕਿਸੇ ਧਰਮ ਦਾ ਵੀ ਹੋਵੇ, ਹਰ ਇੱਕ ਜਾ ਕੇ ਉੱਥੇ ਸਿਜਦਾ ਕਰਦਾ ਹੈ। ਅਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਹੁਕਮ ਕੀ ਹੈ ਗੁਰੂ ਦਾ? ਉਹ ਸਤਿਗੁਰ ਸਾਨੂੰ ਸਮਝਾਉਣਾ ਕਰਦੇ ਬਾਣੀ ਕਿ ਉਹ ਸਿੱਖ ਹੈ ਜਿਹੜਾ ਉਸ ਪਰਮਾਤਮਾ ਦੀ ਬੰਦਗੀ ਕਰਦਾ, ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ, ਉਸ ਦੇ ਭਾਣੇ ਵਿੱਚ ਚੱਲਦਾ, ਉਦਮ ਕਰ ਹਰ ਜਾਪਣਾ ਵਡਭਾਗੀ ਹਰ ਤਨ ਖਾਟ। ਜਿਹੜੇ ਉਦਮ ਕਰਕੇ ਜਪਦੇ ਹਨ, ਇਸ ਧਨ ਨੂੰ ਖੱਟ ਕੇ ਜਾਂਦੇ ਹਨ, ਉਹ ਵੱਡੇ ਭਾਗਾਂ ਵਾਲੇ ਹੁੰਦੇ ਗੁਰੂ ਕੇ ਪਿਆਰੇ। ਅਤੇ ਪਾਤਸ਼ਾਹ ਕਹਿੰਦੇ ਪਏ ਨੇ, ਜੰਮਣ ਮਰਨ ਮਿੱਟ ਗਿਆ ਕਾਲੇ ਕਾ ਕਿਛ ਨਾ ਵਸਾਏ। ਦੇਖੋ ਕਿੱਡੀ ਵੱਡੀ ਸਤਿਗੁਰੂ ਦੀ ਦਾਤ ਬਖਸ਼ਿਸ਼ ਕਰਦੇ ਪਏ ਨੇ ਕਿ ਜਿਹੜਾ ਗੁਰੂ ਦੇ ਕਹਿਣ ਤੇ ਗੁਰੂ ਦੇ ਹੁਕਮ ਤੇ ਚੱਲਦਾ ਹੈ ਉਹਦਾ ਜੰਮਣ ਤੇ ਮਰਨ ਮਿਟ ਗਿਆ। ਆਪਾਂ ਕੀ ਕਰਨ ਵਾਸਤੇ ਆਏ ਇੱਥੇ ਸੰਸਾਰ ਵਿੱਚ? ਇੱਕ ਸਾਡੇ ਅੰਦਰ ਇੱਕ ਹਰ ਟਾਈਮ ਸਾਡੇ ਅੰਦਰ ਇੱਕ ਇਹ ਚੀਜ਼ ਚੱਲਣੀ ਚਾਹੀਦੀ, ਫੁਰਨਾ ਚੱਲਣਾ ਚਾਹੀਦਾ, ਵਿਚਾਰ ਚੱਲਣਾ ਚਾਹੀਦਾ ਕਿ ਆਪਾਂ ਸੰਸਾਰ ਤੇ ਆਏ ਹਾਂ ਜੰਮਣ ਮਰਨ ਨੂੰ ਮਿਟਾਉਣ ਵਾਸਤੇ। ਆਪਾਂ ਇਸ ਦੇ ਉੱਪਰ ਡਸਟਰ ਫੇਰ ਦੇਣਾ, ਇਸ ਦੇ ਉੱਪਰ ਆਪਾਂ ਕੱਪੜਾ ਫੇਰਨ ਵਾਸਤੇ ਆਏ ਇੱਥੇ ਸੰਸਾਰ 'ਤੇ। ਅਤੇ ਇਹ ਕੱਪੜਾ ਤਾਂ ਹੀ ਫਿਰੇਗਾ, ਇਹ ਜਿਹੜੇ ਲੇਖ ਸਾਡੇ ਜਿਹੜੇ ਹੈ ਤਾਂ ਹੀ ਮਿਟਣਗੇ ਜਦੋਂ ਆਪਾਂ ਗੁਰੂ ਦੇ ਕਹਿਣ 'ਤੇ ਚੱਲਾਂਗੇ, ਗੁਰੂ ਦੇ ਹੁਕਮ ਵਿੱਚ ਚੱਲਾਂਗੇ। ਆਪਣੇ ਭਾਣੇ ਵਿੱਚ ਕੁਛ ਨਹੀਂ ਮਿਲਣਾ, ਆਪਣੇ ਮਨ ਦੇ ਪਿੱਛੇ ਤੁਰਨ ਵਾਸਤੇ ਤੁਰਨ ਵਾਲੇ ਜਿਹੜੇ ਹੈ ਉਹ ਗੁਰੂ ਕੇ ਪਿਆਰਿਓ ਸੜ ਕੇ ਸਵਾਹ ਹੋ ਜਾਂਦੇ ਹਨ, ਉਹਨਾਂ ਦਾ ਜੀਵਨ ਜਿਉਂਦੇ ਜੀ ਹੀ ਸਵਾਹ ਹੋ ਜਾਂਦੇ ਹਨ। ਅਤੇ ਗੁਰੂਖ ਪਿਆਰੇ ਜਿਹੜੇ ਗੁਰੂ ਦੇ ਕਹਿਣ ਦੇ ਚੱਲਦੇ ਹਨ ਉਹ ਚੜਖੀਆਂ 'ਤੇ ਚੜ੍ਹ ਕੇ ਆ ਰਹੇ ਨੇ, ਚਿਰਾ ਚਿਰ ਕੇ ਵੀ ਉਹ ਗੁਰੂਖ ਪਿਆਰੇ ਇਸ ਸਮੁੰਦਰ ਨੂੰ ਜਿੱਤ ਕੇ ਸਮੁੰਦਰ ਵਿੱਚੋਂ ਪਾਰ ਹੋ ਜਾਂਦੇ ਹਨ, ਜੀਵਨ ਨੂੰ ਜਿੱਤ ਕੇ ਚਲੇ ਜਾਂਦੇ ਹਨ। ਅਤੇ ਪਾਤਸ਼ਾਹ ਕਹਿੰਦੇ ਜੰਮਣ ਮਰਨ ਮਿੱਟ ਗਿਆ ਕਾਲੇ ਕਾ ਕਿਸ਼ਨਾ ਵਸਾਏ। ਜੋ ਕਾਲ ਹੈ ਨਾ, ਕਾਲ ਦਾ ਕੁਛ ਬਸ ਨਹੀਂ ਚੱਲਦਾ ਫਿਰ ਉਹਨਾਂ ਉੱਪਰ, ਕਿਹਨਾਂ ਉੱਪਰ? ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਆ ਉਹਨਾਂ ਉੱਪਰ ਕਿਸੇ ਦਾ ਬਸ ਨਹੀਂ ਚੱਲਦਾ, ਜ਼ੋਰ ਨਹੀਂ ਚੱਲਦਾ ਕਾਲ, ਕਿਉਂਕਿ ਉਹ ਗੁਰੂਖ ਪਿਆਰਿਓ ਕਾਲ ਜੋ ਹੈ ਉਹ ਗੁਰਸਿੱਖਾਂ ਦੇ ਗੁਰੂ ਭਗਤਾਂ ਦੇ ਬਸ ਵਿੱਚ ਹੁੰਦਾ, ਸਤਿਕਾਰ ਕਰਦਾ ਉਹਨਾਂ ਦਾ, ਕਿਹਨਾਂ ਦਾ? ਜਿਹੜੇ ਗੁਰੂ ਦੀ ਭਗਤੀ ਕਰਦੇ ਨੇ, ਗੁਰੂ ਦੇ ਨਾਮ ਨਾਲ ਬਾਣੀ ਨਾਲ ਜੁੜਦੇ। ਅਤੇ ਪਾਤਸ਼ਾਹ ਜੀ ਕੀ ਕਹਿੰਦੇ ਆ, ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾ। ਉਹਨਾਂ ਦਾ ਹਰੀ ਵਾਹਿਗੁਰੂ ਜੀ ਨਾਲ ਉਹਨਾਂ ਦਾ ਮਨ ਮਿਲਿਆ ਹੁੰਦਾ, ਰਤਿਆ ਹੁੰਦਾ ਪਰਮਾਤਮਾ ਨਾਲ, ਵਾਹਿਗੁਰੂ ਜੀ ਨਾਲ, ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ, ਜਿਹਨਾਂ ਜੰਮਣ ਮਰਨਾ ਮਿਟ ਜਾਂਦਾ ਹੈ। ਅਤੇ ਸਤਿਗੁਰ ਕਹਿੰਦੇ ਆ ਸੱਚੇ ਰਿਹਾ ਸਮਾਏ,
ਉਹ ਸੱਚੇ ਵਿੱਚ ਸਮਾਏ ਰਹਿੰਦੇ ਹਨ। ਉਹ ਸਮਾਏ ਤਾਂ ਹੀ ਰਹਿਣਗੇ ਨਾ ਗੁਰੂ ਕੇ ਪਿਆਰਿਓ, ਜੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਜਾਣਗੇ ਜੀ, ਫੇਰ ਹੀ ਸਮਾਣਗੇ ਨਾ। ਹੁਣ ਜੇ ਮੈਂ ਇੱਥੋਂ ਬਾਹਰ ਨਿਕਲ ਕੇ ਕਿਸੇ ਦੀ ਬਦਖੋਈ ਕਰਨ ਲੱਗ ਪਾਵਾਂ, ਨਿੰਦਿਆ ਕਰਨ ਲੱਗ ਪਾਵਾਂ, ਤਾਂ ਮੈਂ ਕਿਹਦੇ ਬੱਸ 'ਚ ਆ ਗਿਆ? ਕਾਲ ਦੇ ਬੱਸ ਵਿੱਚ ਆ ਗਿਆ। ਜੇ ਆਪਾਂ ਬਾਹਰ ਨਿਕਲ ਕੇ ਗੁਰੂ ਦੇ ਸ਼ਬਦ ਨੂੰ ਆਪਣਾ ਆਸਰਾ ਬਣਾ ਕੇ ਰੱਖੀਏ, ਰੱਖਿਆ ਚੱਕਰ ਬਣਾ ਕੇ ਰੱਖੀਏ, ਜੋ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਰਖਵਾਏ ਚੌਕੀ ਚੋ ਗਿਰ ਬਣਵਾਏ, ਆਪਣਾ ਇੱਕ ਇਹ ਕਾਰ ਬਣਾ ਕੇ ਰੱਖੀਏ, ਇੱਕ ਦਾਇਰਾ ਬਣਾ ਕੇ ਰੱਖੀਏ ਕਿ ਆਪਾਂ ਇਸ ਦਾਇਰੇ ਤੋਂ, ਇਸ ਕਾਰ ਤੋਂ ਬਾਹਰ ਨਹੀਂ ਜਾਣਾ, ਆਪਾਂ ਇਸ ਲੀਕ ਤੋਂ ਬਾਹਰ ਨਹੀਂ ਜਾਣਾ। ਲਕਸ਼ਮਣ ਰੇਖਾ ਖਿੱਚੀ ਸੀ ਨਾ, ਜੋ ਸੀਤਾ ਦੇ ਚਾਰੋਂ ਤਰਫ ਖਿੱਚੀ ਸੀ, ਲੇਕਿਨ ਉਸ ਰੇਖਾ ਨੂੰ ਪਾਰ ਕਰਕੇ ਗਈ ਉਹ ਸੀਤਾ ਮਾਤਾ ਜੋ ਹੈ, ਤਾਂ ਕੀ ਹੋਇਆ? ਰਾਵਣ ਦੇ ਵਸ ਵਿੱਚ ਆ ਗਈ। ਇਸੇ ਤਰ੍ਹਾਂ ਜਿਹੜੀ ਗੁਰੂ ਦੇ ਹੁਕਮ ਵਿੱਚ ਜੇ ਚੱਲਾਂਗੇ ਆਪਾਂ, ਇਸ ਰੇਖਾ ਨੂੰ ਪਾਰ ਕਰਕੇ ਨਹੀਂ ਜਾਵਾਂਗੇ, ਆਪਾਂ ਕਾਲ ਦੇ ਵਸ ਵਿੱਚ ਨਹੀਂ ਆਵਾਂਗੇ। ਰੱਖਿਆ ਚਰਤਾ ਬਣਾ ਕੇ ਰੱਖੀਏ, ਇਸ ਸਰੀਰ ਵਿੱਚ ਰੱਖਿਆ ਚੱਕਰ ਬਣਾ ਕੇ ਰੱਖੀਏ, ਹਰ ਵੇਲੇ ਵਾਹਿਗੁਰੂ ਵਾਹਿਗੁਰੂ, ਹਰ ਵੇਲੇ ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਖਵਾਉਂਦਿਆਂ ਪਵਿੰਦਿਆਂ ਹਰ ਵੇਲੇ ਪਰਮਾਤਮਾ ਦੀ ਬੰਦਗੀ ਕਰਦੇ ਰਹੋ, ਤਾਂ ਇਸ ਕਾਲਕ ਨੂੰ ਛੁੱਟ ਸਕਦੇ ਹੋ, ਨਹੀਂ ਤਾਂ ਨਹੀਂ। ਅਤੇ ਪਾਤਸ਼ਾਹ ਕਹਿੰਦੇ ਅੱਗੇ, ਨਾਨਕ ਹਉ ਬਲਹਾਰ ਨੇ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ। ਸਤਿਗੁਰ ਕਹਿੰਦੇ ਮੈਂ ਉਹਨਾਂ ਕੋਲੋਂ ਬਲਹਾਰ ਜਾਣਾ, ਕਿਹਨਾਂ ਕੋਲੋਂ? ਜਿਹੜੇ ਸਤਿਗੁਰ ਜੀ ਦੇ ਇਸ ਹੁਕਮ ਵਿੱਚ, ਇਸ ਭਾਣੇ ਵਿੱਚ ਚੱਲਦੇ ਹਨ, ਜਿਹੜੇ ਉਸ ਪਰਮਾਤਮਾ ਦੇ ਨਾਮ ਨਾਲ, ਵਾਹਿਗੁਰੂ ਜੀ ਦੇ ਨਾਮ ਨਾਲ ਚੱਲਦੇ ਹਨ, ਉਹ ਗੁਰੂ ਕੇ ਪਿਆਰੇ ਸਤਿਗੁਰ ਕਹਿੰਦੇ ਮੈਂ ਉਹਨਾਂ ਕੋਲੋਂ ਬਲਹਾਰ ਜਾਣਾ। ਪਾਤਸ਼ਾਹ ਕਹਿੰਦੇ ਨਾ, ਹਉ ਕੁਰਬਾਨੇ ਜਾਊਂ ਤਿਨਾਂ ਕੇ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤਿਨਾਂ ਕੇ ਹਉ ਸਤਿਗੁਰਬਾਨੇ ਜਾ, ਬਲਹਾਰ ਜਾਣਾ ਹੈ ਮੈਂ ਉਹਨਾਂ ਕੋਲੋਂ ਜਿਹੜੇ ਤੇਰੇ ਨਾਮ ਨੂੰ ਆਪਣਾ ਆਧਾਰ ਬਣਾਉਂਦੇ, ਜਿਹੜੇ ਤੇਰੇ ਨਾਮ ਨੂੰ ਆਪਣਾ ਸਹਾਰਾ ਬਣਾਉਂਦੇ ਹਨ। ਪੜ੍ਹਨੇ ਨਾਨਕ ਸਾਹਿਬ ਦੀ ਬਾਣੀ ਵਿੱਚ ਸਾਚਾ ਨਾਮ ਮੇਰਾ ਆਧਾਰ, ਆਧਾਰ ਕਹਿੰਦੇ ਆਸਰਾ ਸਹਾਰਾ। ਨਾਮ ਨੂੰ ਆਪਾਂ ਸਹਾਰਾ ਬਣਾਈਏ, ਫਿਰ ਆਪਾਂ ਜੋ ਪੜ੍ਹਨੇ ਨਾ ਗੁਰੂ ਕੇ ਪਿਆਰੇ ਪੰਜਵੀਂ ਪੌੜੀ ਵਿੱਚ ਆਨੰਦ ਸਾਹਿਬ ਦੀ ਬਾਣੀ ਵਿੱਚ, ਪੰਜ ਸ਼ਬਦ ਪੰਜ ਦੂਤ ਤੁਧ ਵਸ ਕੀਤੇ, ਮਾਫ ਕਰਨਾ, ਪੰਜ ਦੂਤ ਤੁਧ ਵਸ, ਕਾਲ ਕੰਟਕ ਮਾਰਿਆ ਫਿਰ ਕਾਲੇ ਕਾ ਕਿਸ ਨਾ ਵਸਾਇਆ। ਇਹ ਕਾਲ ਜੋ ਹੈ ਗੁਰੂ ਕੇ ਪਿਆਰੇ, ਇਹ ਪੰਜ ਦੂਤ ਜਿਹੜੇ ਹੈ ਇਹ ਵਸ ਵਿੱਚ ਆ ਜਾਂਦੇ ਨੇ, ਲੇਕਿਨ ਆਉਂਦੇ ਉਹਨਾਂ ਦੇ ਵਸ ਵਿੱਚ ਹੈ ਜਿਹੜੇ ਆਪਣਾ ਸਹਾਰਾ, ਆਪਣਾ ਆਸਰਾ, ਆਪਣਾ ਆਧਾਰ, ਆਪਣਾ ਇਸ਼ਟ, ਸਭ ਕੁਛ ਜਿਹੜਾ ਹੈ ਉਹ ਗੁਰੂ ਨੂੰ ਮੰਨਦੇ ਹੈ। ਜਿਹੜੇ ਆਪਣਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਰ, ਜਿਹੜੇ ਹੁਕਮ ਵਿੱਚ ਚੱਲਦੇ ਹਨ, ਤਾਂ ਹੁਕਮ ਕੀ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ। ਸਤਿਗੁਰ ਕਹਿੰਦੇ ਇੱਕ ਹੀ ਨਾਮ ਹੀ ਹੁਕਮ ਹੈ। ਆਓ ਗੁਰੂ ਪਿਆਰੇ, ਸ਼ਬਦ ਨਵੇਰਾ ਹੈ, ਸਤਿਗੁਰ ਕਿਰਪਾ ਕਰਨ, ਇੰਨਾ ਸਾਰਾ ਗਿਆਨ ਵੀ ਇੱਕ ਸਾਡੇ ਹਿਰਦੇ ਵਿੱਚ ਵੱਸ ਜਾਏ ਨਾ ਕਿ ਆਪਾਂ ਗੁਰੂ ਦੇ ਹੁਕਮ ਵਿੱਚ ਚੱਲਣਾ ਹੈ, ਗੁਰੂ ਦੇ ਭਾਣੇ ਵਿੱਚ ਚੱਲਣਾ ਹੈ, ਅਤੇ ਨਾਮ ਸਿਮਰਨ ਕਰਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ ਇਸ ਜੀਵਨ ਨੂੰ ਜਿੱਤ ਕੇ ਜਾਣਾ ਹੈ। ਤਾਂ ਆਓ ਗੁਰੂ ਕੇ ਪਿਆਰਿਓ, ਦੋ ਚਾਰ ਮਿੰਟ ਮਾਲਕ ਦੀ ਯਾਦ ਵਿੱਚ ਜੁੜੀਏ, ਸਾਰਿਆਂ ਚਰਨਾਂ 'ਚ ਬੇਨਤੀ, ਨੇਤਰ ਬੰਦ ਕਰਕੇ ਸਵਾਸ ਗਰਾਸ ਸਿਮਰਨ ਕਰੀਏ ਆਪਾਂ, ਕਿਉਂਕਿ ਪਾਤਸ਼ਾਹ ਕਹਿੰਦੇ ਨਾ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰੂ ਨੂੰ ਉਹੀ ਚੰਗਾ ਲੱਗਦਾ ਹੈ ਜਿਹੜਾ ਹਰ ਵੇਲੇ ਹਰ ਸਵਾਸ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ। ਤਾਂ ਆਓ ਸਾਰਿਆਂ ਚਰਨਾਂ 'ਚ ਬੇਨਤੀ, ਨੇਤਰ ਬੰਦ ਕਰਕੇ
अपनी आवाज़ नूं आप सुनना है, स्वासां दी क्रिया है सारी, इस स्वास नाल उस परमात्मा दे नाम नूं जप के जीवन नूं जित के जाइए। करो कृपा सारे, वाहिगुरु 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 जी का खालसा वाहिगुरु। सतगुरु सानू बाणी समझाना करते है, इस मन नूं ना प्रभु दे नाम विच इस तरह रंग लो कि यह रंग जिहड़ा है कदे उतरे ना। तो पातशाह इत्थे तां कहिंदे है, मन मेरा गज जीभा मेरी काती, मप मप काटो जम की। जमा की फांसी जिहड़ी ना यह मप मप माप माप के कट्टी जाओ, बार बार वाहिगुरु वाहिगुरु जीव नूं कैंची बना लो। मन मेरा गज, गज नहीं हुंदा कपड़ा नापदे जिहड़े, ते जीभा मेरी जीव नूं की कैंची बना लो। ये बस जपी जाओ, इस नूं बस माप माप के इस नूं जपी जाओ गज नाल। ते गुरु के प्यारियो, आपां जप के इस जीवन नूं जित के जाइए। ते पातशाह भी कहिंदे ना कि जिहड़े दिन रात जपदे है ना, उन्हां तों मैं कुरबान जाना हाँ, उन्हां तों मैं सदके जाना हाँ। एड्डी वड्डी गुरख प्यारे सानू सतगुरु जी दात बख्शिश कर रहे हैं कि जिहड़े नाम जपते, मैं उन्हां कोलों कुरबान जाना, मैं उन्हां कोलों सदके जाना। तो गुरख प्यारे, आपां भी नाम नाल प्यार पाईए, बाणी नाल प्यार पाईए, क्योंकि गुरख प्यारे कल्ले जपना कुछ वक्री गल है, संगती रूप जपना इसका लाहा वक्रा है। क्योंकि संगत विच गुरु के प्यारे जो नाम जपने ना आपां, ते उसका जिहड़ा फल जिहड़ा है बहुत ज़्यादा मिलता सानू। इस ताई सतगुरु जी ने संगत नूं वड्याई दित्ती है, ताई सतगुरु बाणी च कहिंदे आ कि संगत जिहड़ी आ उह अत प्यारी है मालिक नूं, वाहिगुरु जी नूं, जिहड़ी गुरु की संगत है। तो गुरु के प्यारे संगती रूप विच आपां सारे जपया करिए। शाम नूं सारिआं ने हाजरी भरनी, गुरु के प्यारियो ठंडा मौसम है, देखो कृपा कीती है मालक ने, सारिआं ने हाजरी भरनी, पंज तों लै के जो आपां सिमरन करने आं, कृपा करनी सारिआं ने। सो गुरु के प्यारे बेअंत बेअंत भुल्लां चुक्कां हो जांदियां ने,
आप संगत गुरु बख्शन योग है बख्श लैणा जी, बेअंत बेअंत भुला चुका दी किमा शब्द बद घट बोलिया जाता है। सतगुरु साहब श्री गुरु ग्रंथ साहब जी महाराज आप बख्शन योग है बख्श लैणा जी। सो गुरमुख प्यारे शुकराना ऐसे गुरमुखां दा भाई साहब भाई सेवा सिंह जी जिन्होंने एक कथ का परमात्मा का उसत करन दा एक गुरुख प्यारे एक मौका ही बख्श दिता सतगुरु जी की कीर्ति करन दा। सो गुरुख प्यारे कुटान कुटान शुकराना। सो गुरुख प्यार आओ छे पौड़ी आनंद साहब जाप करिए। वाहिगुरु जी का खालसा वाहिगुरु जी की फतेह। एक ओंकार श्री वाहिगुरु जी की।